ਉੱਦਣ ਵਾਲਾ ਚੁੰਬਕੀ ਡੱਡੂ ਸਮੱਗਰੀ ਸਖਤ ਸਟਰਾ ਅੱਠ ਰਿੰਗ ਚੁੰਬਕ ਕਾਗਜ਼ ਦਾ ਡੱਡੂ ਰਬੜ ਦਾ ਟੁਕੜਾ ਕੈਂਚੀ ਸਖਤ ਸਟਰਾ ਨੂੰ ਰਬੜ ਦੇ ਟੁਕੜੇ ਉੱਪਰ ਫਸਾ ਕੇ ਖੜਾ ਕਰੋ ਰਿੰਗ ਚੁੰਬਕ ਲੈ ਕੇ ਉਹਨਾਂ ਨੂੰ ਸਟਰਾ ਵਿੱਚ ਰੱਖੋ ਉੱਪਰਲੇ 6 ਚੁੰਬਕਾਂ ਨੂੰ ਬਾਹਰ ਕੱਢ ਕੇ ਉਲਟਾ ਕਰਕੇ ਸਟਰਾ ਵਿੱਚ ਰੱਖੋ ਹੁਣ ਉੱਪਰਲੇ 4 ਚੁੰਬਕਾਂ ਨੂੰ ਉਲਟਾ ਕਰਕੇ ਸਟਰਾ ਵਿੱਚ ਰੱਖੋ ਤੇ ਫਿਰ ਸਭ ਤੋਂ ਉੱਪਰਲੇ 2 ਚੁੰਬਕਾਂ ਨੂੰ ਉਲਟਾ ਕਰਕੇ ਰੱਖੋ ਇਸ ਤਰ੍ਹਾਂ ਤੁਹਾਨੂੰ ਇੱਕ ਚੁੰਬਕੀ ਸਪ੍ਰਿੰਗ ਮਿਲ ਜਾਵੇਗਾ ਉੱਪਰਲੇ ਚੁੰਬਕਾਂ ਨੂੰ ਦਬਾਉਣ ਤੇ ਹੇਠਲੇ ਚੁੰਬਕ ਉਹਨਾਂ ਨੂੰ ਦੁਬਾਰਾ ਉੱਪਰ ਧੱਕ ਦਿੰਦੇ ਹਨ ਹੇਠਲੇ ਚੁੰਬਕ ਨੂੰ ਉੱਪਰ ਚੁੱਕਣ ਤੇ ਸਾਰੇ ਚੁੰਬਕ ਉੱਪਰ ਉੱਠ ਜਾਂਦੇ ਹਨ ਹੁਣ ਇੱਕ ਕਾਗਜ਼ ਦੇ ਬਣੇ ਡੱਡੂ ਪਿੱਛੇ ਇੱਕ ਸਟਰਾ ਲਗਾਓ ਅਤੇ ਇਸ ਸਟਰਾ ਨੂੰ ਸਟੈਂਡ ਤੇ ਲੱਗੀ ਸਟਰਾ ਵਿੱਚ ਫੜੀ ਰੱਖ ਦਿਓ ਹੁਣ ਡੱਡੂ ਨੂੰ ਹੇਠਾਂ ਦਬਾਉਣ ਤੇ ਡੱਡੂ ਉੱਪਰ ਨੂੰ ਕੁੱਦੇਗਾ ਇਹ ਕੁੱਦਣ ਵਾਲਾ ਚੁੰਬਕੀ ਡੱਡੂ ਹੈ।